5 मिलियन सब्सक्राइबर हो गए जी ट्रोल पंजाबी दे। हां ये मैं तुम्हें मुबारकां देनी सी अभी क्लैपिंग बंद किया कि आज 5 मिलियन सब्सक्राइबर कोई छोटी गल नहीं। वो इनना मैं मतलब इमोशंस जेड़े ओदे ने मैडम दे प्रति या फिर वो जिमों दी लाइफ च ने कॉन्फ्लिक्ट ने ओदा असल जिंदगी च कह दो सीधी गल है मैडम भाई छेड़ी नहीं असल नहीं मैडम छेड़ी है ओदा कह रहा कि मैं रुकदा नहीं किसे मैडम छेड़ी है मैडम जेड़े टाइप दे बंदे हुंदे ने हुण आपां लोग कहंदे ने पंजाबी फोकरे ने पंजाबी पींदे ने कुछ करदे ने मैनू भाई हुणी सारे अपने टीम सारे आए ने मैनू कोई इनना च फोकरे ਲੱਗਿਆ ਤੇ ਕੋਈ ਪੀਂਦਾ ਪੁੰਦਾ ਵੀ ਨਹੀਂ ਹੈਗਾ ਸਾਰੇ ਮਤਲਬ ਵਧੀਆ ਨੇ ਤਾਂ ਹੀ ਹੈਰੀ ਸੱਚੀ ਕਦੇ ਕੁੜੀ ਦੀਆਂ ਗੱਲਾਂ ਚ ਆਇਆ ਕਦੇ ਐਦਾਂ ਦਾ ਹੋਇਆ ਕਦੇ ਹੈਰੀ ਜਾਂ ਬੂਟਾ ਬੂਟਾ ਲਾ ਲਓ ਹੈਰੀ ਨਹੀਂ ਨਹੀਂ ਬਾਈ ਮਤਲਬ ਚੱਲਦਾ ਰਹਿੰਦਾ ਮਾੜਾ ਮੋਟਾ ਤੁਹਾਨੂੰ ਪਤਾ ਹੀ ਹੋਣਾ ਨਾ ਕੋਈ ਦੱਸਦਾ ਨਹੀਂ ਹੈਗਾ ਉਰੇ ਸਾਰੇ ਮਤਲਬ ਹੁੰਦਾ ਸਾਰਿਆਂ ਦੀ ਹੁੰਦਾ ਸਾਰਿਆਂ ਚ ਪੰਜਾਬੀ ਟੇਸ਼ਨ ਨਾਲ ਜੁੜੇ ਹੋ ਤੇ ਮੈਂ ਜੱਸੀ ਬੜੈਚ ਦੋਸਤੋ ਫਿਰ ਹਾਜ਼ਰ ਹਾਂ ਇੱਕ ਬਹੁਤ ਹੀ ਖਾਸ ਤੇ ਬਹੁਤ ਹੀ ਘੈਂਟ ਮੁਲਾਕਾਤ ਲੈ ਕੇ ਕਹਿੰਦੇ ਹਰ ਪੰਜਾਬੀ ਦੀ ਇੱਕੋ ਗੁਹਾਰ ਕਹਿੰਦੇ ਯਾਰ ਚੱਲੇ ਬਾਹਰ ਸੋ ਬਹੁਤ ਪੰਜਾਬ ਦੇ ਵਿੱਚ ਇੱਕ ਕਰੇਜ਼ ਹੋਇਆ ਪਿਆ ਹਰ ਬੰਦਾ ਕਹਿੰਦਾ ਨਹੀਂ ਯਾਰ ਬਾਹਰ ਜਾਣਾ ਸੋ ਇਸ ਵੈਬ ਸੀਰੀਜ਼ ਬਣਦੀ ਹੈ ਜੀ ਇੱਕ ਯਾਰ ਚੱਲੇ ਬਾਹਰ ਦੋਸਤੋ ਪੰਜਾਬੀ ਵੈਬ ਸੀਰੀਜ਼ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਸਭ ਤੋਂ ਪਹਿਲੀ ਵੈਬ ਸੀਰੀਜ਼ ਬਣਦੀ ਹੈ ਸੁਪਰ ਡੂਪਰ ਹਿੱਟ ਹੁੰਦੀ ਹੈ ਯਾਰ ਜਿਗਰੀ ਕਸੂਤੀ ਡਿਗਰੀ ਸੋ ਉਸ ਤੋਂ ਬਾਅਦ ਵੈਬ ਸੀਰੀਜ਼ ਦਾ ਦੌਰ ਲਗਾਤਾਰ ਚੱਲਦਾ ਗਾ ਸੋ ਹੁਣ ਉਸ ਸਫਲਤਾ ਤੋਂ ਬਾਅਦ ਉਸੇ ਟੀਮ ਨੇ ਇੱਕ ਫਿਰ ਉਪਰਾਲਾ ਕੀਤਾ ਇੱਕ ਫਿਰ ਦੁਆਰਾ ਵੈਬ ਸੀਰੀਜ਼ ਬਣਦੀ ਆ ਯਾਰ ਚੱਲੇ ਬਾਹਰ ਸੋ ਸਾਡੇ ਨਾਲ ਪੂਰੀ ਟੀਮ ਵੀ ਮੌਜੂਦ ਆ ਸੋ ਬਾਈ ਰੈਬੀ ਟਵਾਨਾ ਵੀ ਮੌਜੂਦ ਨੇ ਸਭ ਤੋਂ ਪਹਿਲਾਂ ਮੁਬਾਰਕਬਾਦ ਵੀ ਦੇਵਾਂਗੇ ਇਹਨਾਂ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਮੈਂ ਇੱਕ ਗੱਲ ਕਹੂੰਗਾ ਕਿ ਵੈਬ ਸੀਰੀਜ਼ ਦੇ ਪੰਜਾਬੀ ਵੈਬ ਸੀਰੀਜ਼ ਦੇ ਜਨਮਦਾਤਾ ਜੀ ਬਾਈ ਰੈਬੀ ਟਵਾਨਾ ਕਹਿ ਲਓ ਬਸ ਉਸ ਬਾਬਾ ਤਾਂ ਐ ਨਹੀਂ ਸੀ ਗਏ ਤਾਂ ਚੈਨਲਾਂ ਕੋਲੇ ਸੀਗੇ ਲੈ ਕੇ ਕਿ ਵੀ ਚਲਾ ਦਿਓ ਜੀ ਚੈਨਲ ਵਾਲੇ ਕਹਿੰਦੇ ਅਸੀਂ ਚਲਾਉਣੀ ਨਹੀਂ ਹੈਗੀ ਫਿਰ ਬਸ ਕਹਿ ਲਓ ਤੁਸੀਂ ਵੀ ਉਧਰੋਂ ਹੀ ਦਾਤਾ ਬਣ ਗਏ ਫਿਰ ਅਸੀਂ ਵੈਬ ਤੇ ਪਾਤੀ ਵੈਬ ਸੀਰੀਜ਼ ਬਣ ਗਈ ਬਸ ਅੱਛਾ ਫਿਰ ਮਤਲਬ ਘੈਂਟ ਗੱਲ ਨਹੀਂ ਹੋਈ ਜੇ ਕਿਤੇ ਨਾ ਕਿਤੇ ਮੰਨ ਲਓ ਕੋਈ ਚਲਾ ਵੀ ਦਿੰਦਾ ਤਾਂ ਲੱਗਦਾ ਵੀ ਇੰਨਾ ਪਿਆਰ ਮਿਲਣਾ ਸੀਗਾ ਜਾਂ ਤੁਹਾਨੂੰ ਇੰਨਾ ਤੁਸੀਂ ਉਪਰਾਲਾ ਕਰਦੇ ਵੀ ਫਿਰ ਤੂੰ ਸੋਚਦੇ ਇੱਕ ਵੈਬ ਸੀਰੀਜ਼ ਹੋਰ ਬਣਦੀ ਨਹੀਂ ਬਸ ਉਹੀ ਹੈ ਜੀ ਰੱਬ ਕਹਿੰਦੇ ਜੋ ਕਰਦਾ ਸਹੀ ਲਈ ਕਰਦਾ ਬਸ ਉਹੀ ਹੈ ਜੀ ਫਿਰ ਉਹ ਨੋ ਡਾਊਟ ਬੜਾ ਔਖਾ ਟਾਈਮ ਚ ਲੈ ਜੀ ਉਦੋਂ ਕਿਉਂਕਿ ਵਧੀਆ ਪ੍ਰੋਜੈਕਟ ਬਣਾਇਆ ਹੋਇਆ ਸੀਗਾ ਸਾਰੇ ਚੈਨਲਾਂ ਨੂੰ ਕਾਪੀ ਪੇਸਟ ਕਰਾ ਕੇ ਆਉਂਦੇ ਸੀਗੇ ਵੇਟ ਕਰਨੀ ਉਹਨਾਂ ਦੇ ਮੈਸੇਜ ਦੀ ਵੇਟ ਕਰਨੀ ਹਫਤਾ ਹਫਤਾ ਮੈਸੇਜ ਨਾ ਕਰਨਾ ਉਹਨਾਂ ਨੇ ਦੱਸਣਾ ਨਾ ਕੁਛ ਕਿਵੇਂ ਲੰਘਦਾ ਸੀ ਟਾਈਮ ਮੈਨੂੰ ਪਤਾ ਸੀਗਾ ਹਨਾ ਪਰ ਚਲੋ ਜਿਹੜਾ ਕੁਛ ਵੀ ਹੁੰਦਾ ਵੀ ਉਹਦਾ ਚੰਗਾ ਹੀ ਫਲ ਨਿਕਲਣਾ ਹੁੰਦਾ ਜੀ ਅੱਜ 5 ਮਿਲੀਅਨ ਸਬਸਕ੍ਰਾਈਬਰ ਹੋ ਗਏ ਜੀ ਟ੍ਰੋਲ ਪੰਜਾਬੀ ਦੇ ਹਾਂ ਇਹ ਮੈਂ ਤੁਹਾਨੂੰ ਮੁਬਾਰਕਾਂ ਦੇਣੀਆਂ ਸੀ ਵੀ ਕਲੈਪਿੰਗ ਬੰਦੀ ਆ ਕਿ ਅੱਜ 5 ਮਿਲੀਅਨ ਸਬਸਕ੍ਰਾਈਬਰ ਕੋਈ ਛੋਟੀ ਗੱਲ ਨਹੀਂ ਹੁੰਦੀ ਵੀਰੇ 5 ਮਿਲੀਅਨ ਹੋਣਾ ਹਨਾ ਸੋ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਸ਼ੁਰੂਆਤ ਕੀਤੀ ਸੀ ਉਹ ਯਾਦ ਆ ਵੀ ਜਦ ਬਣਾਇਆ ਹੋਣਾ ਨਾ ਲੋਕਾਂ ਨੇ ਮਜ਼ਾਕ ਵੀ ਕੀਤਾ ਹੋਣਾ ਯਾਰ ਕਿਹੜੇ ਕੰਮੇ ਦੇਖੋ ਟ੍ਰੋਲ ਪੰਜਾਬੀ ਬਣਾਉਣ ਪਿੱਛੇ ਵੀ ਜਿਹੜਾ ਫੇਸਬੁੱਕ ਪੇਜ ਮੈਂ 2012 ਚ ਬਣਾਇਆ ਸੀ 29 ਮਾਰਚ 2012 ਨੂੰ ਬਣਾਇਆ ਸੀਗਾ ਤੇ ਉਹ ਫੇਸਬੁੱਕ ਪੇਜ ਕਦੇ ਜਾ ਕੇ ਇੱਕ ਨਾਮ ਬਣੂਗਾ ਟ੍ਰੋਲ ਪੰਜਾਬੀ ਵੀ ਲੋਕ ਕਹਿਣਗੇ ਵੀ ਟ੍ਰੋਲ ਪੰਜਾਬੀ ਦੇ ਪ੍ਰੋਜੈਕਟ ਦੇ ਸੋਚਿਆ ਨਹੀਂ ਸੀਗਾ ਜੀ ਇੱਕ ਟੀਵੀ ਦੌਰ ਹੁੰਦਾ ਹੈ ਨਾ ਤਾਂ ਬਸ ਦੇਖ ਲਓ ਜੀ ਹੁਣ ਪਤਾ ਨਹੀਂ ਲੱਗਦਾ ਕੀ ਲਿਖਿਆ ਲਾਈਫ 'ਚ ਕੀ ਹੋਣਾ ਅੱਗੇ ਸੋ ਵਧੀਆ ਹੀ ਹੈ ਗ੍ਰੇਟਫੁਲ ਹਾਂ ਬਸ ਅੱਛਾ ਮੈਨੂੰ ਲੱਗਦਾ ਵੀ ਬਹੁਤ ਸਾਰੇ ਤੁਸੀਂ ਨਵੇਂ ਮੁੰਡੇ ਕੁੜੇ ਨੂੰ ਵੀ ਹੈ ਨਾ ਇਸ ਮੌਕਾ ਦਿੱਤਾ ਮੈਨੂੰ ਲੱਗਦਾ ਜਿਹੜੇ ਇਸ ਤੋਂ ਬਾਅਦ ਫਿਲਮਾਂ ਦੇ ਵਿੱਚ ਇੱਕ ਵੱਡੇ ਐਕਟਰ ਵੱਡੇ ਚਿਹਰੇ ਵੀ ਸਾਬਤ ਹੋਇਆ ਹੈ ਨਾ ਜੀ ਜੀ ਸੋ ਕਿਵੇਂ ਉਹ ਚੀਜ਼ ਨੂੰ ਵੇਖਦੇ ਹੋਗੇ ਕਦੋਂ ਯਕੀਨ ਕਰਨਾ ਕਿੰਨਾ ਔਖਾ ਹੋ ਜਾਂਦਾ ਨਵੇਂ ਮੁੰਡਿਆਂ ਦੇ ਜਾਂ ਕੁੜੀਆਂ ਤੇ ਨਹੀਂ ਦੇਖੋ ਮੈਂ ਤਾਂ ਪਰਸਨਲੀ ਮੈਨੂੰ ਤਾਂ ਐਕਟਰ ਤੱਕ ਹੁੰਦਾ ਜੀ ਵੀ ਐਕਟਰ ਅੱਛਾ ਹੋਵੇ ਬੰਦਾ ਯਾਰ ਬਾਕੀ ਮੈਨੂੰ ਆਪਣੇ ਕਨਸੈਪਟ ਤੇ ਥੋੜਾ ਜਿਹਾ ਭਰੋਸਾ ਹੁੰਦਾ ਵੀ ਸ਼ਾਇਦ ਮੈਂ ਕਰੈਕਟਰ ਵੀ ਵਧੀਆ ਜੇ ਕਰ ਲਵਾਂਗਾ ਚੂਜ਼ ਤਾਂ ਵੀ ਕਨਸੈਪਟ ਵਧੀਆ ਹੋਊਗਾ ਤਾਂ ਚੱਲ ਪਏਗਾ ਸੋ ਬਾਕੀ ਡਾਇਰੈਕਟਰਸ ਨੂੰ ਵੀ ਥੋੜ੍ਹਾ ਜਿਹਾ ਰਿਸਕ ਲੈਣਾ ਚਾਹੀਦਾ ਵੀ ਹਾਂ ਨਵੇਂ ਚਿਹਰੇ ਆਉਣ ਕਿਉਂਕਿ ਸਾਰੇ ਜਾਣੇ ਪੁਰਾਣੇ ਚਿਹਰੇ ਦੇਖ ਦੇਖ ਥੋੜ੍ਹੇ ਥੋੜ੍ਹੇ ਬੋਰ ਹੋ ਰਹੇ ਨੇ ਇੰਡਸਟਰੀ ਦੇ ਵਿੱਚ ਤਾਂ ਅਸੀਂ ਇਹ ਫਿਰ ਉਪਰਾਲਾ ਕਰਦੇ ਹਾਂ ਜੀ ਇੱਥੋਂ ਫੁੱਲੀ ਸਾਰਿਆਂ ਨੂੰ ਕੁਛ ਨਾ ਕੁਛ ਫਿਲਮਾਂ ਦੇ ਵਿੱਚ ਕਹਿ ਲਓ ਮਿਲੇ ਕੰਮ ਮੈਂ ਤਾਂ ਵੈਸੇ ਇਹ ਮੇਰੀ ਜਿੰਨੇ ਵੀ ਹੈਗੇ ਨੇ ਵਿਊਅਰਸ ਜਾਂ ਕੋਈ ਦੇਖ ਰਹੇ ਆ ਹਨਾ ਕੋਈ ਇੰਡਸਟਰੀ ਦੇ ਲੋਕ ਤਾਂ ਜ਼ਰੂਰ ਇਹਨਾਂ ਨੂੰ ਮੌਕਾ ਦਿਓ ਕਿਉਂਕਿ ਇਹ ਵੀ ਚਾਹੁੰਦੇ ਨੇਗੇ ਵੀ ਅੱਗੇ ਆਉਣ ਟੈਲੈਂਟ ਅੱਗੇ ਆਵੇ ਇਹਨਾਂ ਦੀ ਵੀ ਗੱਡੀ ਤੁਰੇ ਕਿਉਂਕਿ ਫਾਈਨੈਂਸ਼ਲੀ ਜਿਹੜੀ ਓਨੈਸਟਲੀ ਗੱਲ ਆ ਫਾਈਨੈਂਸ਼ਲੀ ਮੈਂ ਇਹਨਾਂ ਨੂੰ ਇੰਨੀ ਸਪੋਰਟ ਨਹੀਂ ਕਰ ਪਾਉਂਦਾ ਜਿੰਨੀ ਆਮ ਤੌਰ 'ਤੇ ਇੱਕ ਆਰਟਿਸਟ ਨੂੰ ਕਰਨੀ ਪੈਂਦੀ ਆ ਪਰ ਜਿਹੜੇ ਵੱਡੇ ਵੱਡੇ ਪ੍ਰੋਡਿਊਸਰ ਨੇ ਜਾਂ ਵੱਡੇ ਵੱਡੇ ਪ੍ਰੋਡਕਸ਼ਨ ਹਾਊਸਿਸ ਨੇ ਉਹ ਇਹਨਾਂ ਨੂੰ ਲੈ ਕੇ ਫਿਲਮ ਬਣਾਉਣ ਕਿਉਂਕਿ ਫਿਲਮ ਓਬੀਅਸ ਦੀ ਗੱਲ ਆ ਵੱਡਾ ਬਜਟ ਹੁੰਦਾ ਪੈਸੇ ਤੁਹਾਨੂੰ ਮਿਲਦੇ ਨੇ ਤਾਂ ਬਸ ਇਹੀ ਮੇਰੀ ਤਰਫ ਮਿਲ ਲੱਗਦਾ ਕਿ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਨੂੰ ਵੱਡੇ ਵੱਡੇ ਪ੍ਰੋਡਿਊਸਰਾਂ ਨੂੰ ਵਕਤ ਫਾਦਾ ਸੋਚਣ ਤੇ ਮਜਬੂਰ ਹੋ ਗਏ ਯਾਰ ਫਿਲਮਾਂ ਨਹੀਂ ਚੱਲ ਰਹੀਆਂ ਤੇ ਵੈਬ ਸੀਰੀਜ਼ ਕਮਾਲ ਕਰੀ ਜਾਂਦੀ ਹੈ ਮੈਨੂੰ ਲੱਗਦਾ ਐਕਚੁਅਲੀ ਜੀ ਇਹਦਾ ਕੋਈ ਵਕਤ ਮੈਨੂੰ ਨਹੀਂ ਲੱਗਦਾ ਮੈਂ ਪਾਇਆ ਜੀ ਕਿਉਂਕਿ ਫਿਲਮਾਂ ਤਾਂ ਫੇਰ ਉਹੀ ਚੱਲ ਰਿਹਾ ਉਹੀ ਕੁਛ ਚੱਲ ਰਿਹਾ ਕਿਉਂਕਿ ਸਾਡਾ ਅਲੱਗ ਜੌਨਰ ਆ ਫਿਲਮਾਂ ਦਾ ਅਲੱਗ ਜੌਨਰ ਆ ਲੋਕ ਦੇਖੀ ਜਾ ਰਹੇ ਨੇ ਅਜੇ ਵੀ ਉਹੀ ਮੈਨੂੰ ਲੱਗਦਾ ਲੋਕਾਂ ਨੂੰ ਮੇਰੇ ਨਾਲ ਕੁਛ ਨਹੀਂ ਹੋਣਾ ਲੋਕਾਂ ਨੂੰ ਥੋੜ੍ਹਾ ਜਿਹਾ ਨਜ਼ਰੀਆ ਚੇਂਜ ਕਰਨਾ ਪੈਣਾ ਫਿਲਮਾਂ ਦੇ ਪ੍ਰਤੀ ਹੋਣਾ ਵੀ ਥੋੜ੍ਹਾ ਜਿਹਾ ਜੇ ਨਵੀਂ ਚੀਜ਼ ਚਾਹੁੰਦੇ ਨੇ ਤਾਂ ਨਵਾਂ ਚੀਜ਼ ਦੀ ਡਿਮਾਂਡ ਕਰੋ ਸਾਨੂੰ ਜਿਵੇਂ ਹਮੇਸ਼ਾ ਫੀਡਬੈਕ ਮਿਲਦਾ ਮੈਂ ਅੱਗੇ ਵੀ ਹਮੇਸ਼ਾ ਇਹੀ ਗੱਲ ਕਰਦਾ ਵੀ ਸਾਨੂੰ ਹਮੇਸ਼ਾ ਫੀਡਬੈਕ ਪੋਜ਼ਿਟਿਵ ਨੈਗੇਟਿਵ ਕਮੈਂਟਸ 'ਚ ਮਿਲਦਾ ਰਹਿੰਦਾ ਯੂਟਿਊਬ ਦੇ ਉੱਤੇ ਤਾਂ ਅਸੀਂ ਉਹਦੇ 'ਤੇ ਵਰਕ ਕਰ
ਕਰਦੇ ਆ ਤਾਂ ਐਜ਼ ਆਨ ਆਡੀਅੰਸ ਐਜ਼ ਆ ਮੀਡੀਆ ਆਪਣਾ ਵੀ ਇੱਕ ਫਰਜ਼ ਬਣਦਾ ਵੀ ਜੇ ਕੋਈ ਫਿਲਮ ਮਾੜੀ ਹੈ ਤਾਂ ਉਹਨੂੰ ਮਾੜੀ ਕਿਹਾ ਜਾਵੇ ਤਾਂ ਕਿ ਕੱਲ ਨੂੰ ਉਹ ਫਿਲਮ ਬਣਾਉਣ ਤੋਂ ਬਾਅਦ ਉਹਦਾ ਦੂਜਾ ਪਾਰਟ ਬਣਾਉਣ ਲੱਗੇ ਸੋਚਣ ਆਪਣੇ ਥੋੜਾ ਜਿਹਾ ਇਸ਼ੂ ਇਹ ਹੋ ਰੱਖਿਆ ਵੀ ਆਪਾਂ ਸਾਰੀ ਪਤਾ ਨਹੀਂ ਡਰਦੇ ਮਾਰੇ ਕਈ ਵਾਰੀ ਮੈਂ ਕਈ ਵਾਰੀ ਰਿਵਿਊਜ਼ ਵੀ ਦੇਖਦਾ ਨਾ ਚੈਨਲਾਂ ਤੇ ਸਾਰੇ ਜਾਣੇ ਇਹੀ ਕਹਿ ਰਹੇ ਹੁੰਦੇ ਨੇ 5 star ਜੀ 5 star ਜੀ 5 star ਹੈ ਨਾ ਉਹ ਕੋਈ ਗੱਲ ਨਹੀਂ ਕਈ ਵਾਰ ਕੈਮਰੇ ਤੇ ਆ ਕੇ ਬੰਦਾ ਕਹਿੰਦਾ ਵੀ ਯਾਰ ਮੈਂ 5 star ਕਹਿਦਾ ਪਰ ਮੈਂ ਤਾਂ ਇਹੀ ਕਹੂੰਗਾ ਯਾਰ ਗਲਤ ਜਿਹੜੀ ਫਿਲਮ ਮਾੜੀ ਹੈ ਤੁਹਾਨੂੰ ਮਾੜੀ ਕਹੋ ਚੰਗੀ ਨੂੰ ਚੰਗੀ ਕਹੋ ਜੇ ਨਹੀਂ ਕਹੋਗੇ ਤਾਂ ਫਿਰ ਇਹੀ ਕੁਛ ਚੱਲੀ ਜਾਣਾ ਜੀ ਜਿੱਦਣ ਤੁਸੀਂ ਫਿਲਮਾਂ ਚੰਗੀਆਂ ਦੀ ਡਿਮਾਂਡ ਕਰੋਗੇ ਉਦਣ ਫਿਲਮਾਂ ਵੀ ਚੰਗੀਆਂ ਬਣਨ ਲੱਗ ਜਾਣਗੀਆਂ ਜੀ ਵਧੀਆ ਵੀ ਬਣ ਰਹੀਆਂ ਨੇ ਪਰ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਹੈ ਵੀ ਇਸ ਕਰ ਇਸ ਟਾਈਮ 'ਤੇ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਕਿਹਾ ਵੀ ਵਕਤ ਪਿਆ ਹੋਇਆ ਵੀ ਹੈ ਨਾ ਵੀ ਵੈਬ ਸੀਰੀਜ਼ ਚੱਲ ਰਹੀਆਂ ਨੇ ਫਿਲਮਾਂ ਨਹੀਂ ਚੱਲ ਰਹੀਆਂ ਤਾਂ ਉੱਥੇ ਕਿਤੇ ਨਾ ਕਿਤੇ ਆਡੀਅੰਸ ਨੂੰ ਚਾਹੀਦਾ ਜੀ ਥੋੜ੍ਹਾ ਜਿਹਾ ਉਹ ਕਰੇ ਕਿਆ ਬਾਤ ਸੋ ਵੀਰੇ ਕਰਨ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਦਾ ਹਾਂਜੀ ਮੈਂ ਤੁਹਾਡਾ ਵੈਬ ਸੀਰੀਜ਼ ਦਾ ਨਾਂ ਹੀ ਲਊਂਗਾ ਅਸਲੀ ਨਾਮ ਪਹਿਲਾਂ ਦੱਸ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਬਿਨੇ ਜੌੜਾ ਜੀ ਅਤੇ ਮੈਂ ਇਸ ਕਰਮ ਦਾ ਕਰੈਕਟਰ ਪਲੇ ਕਰ ਰਿਹਾ ਵਿੱਚ ਬੋਇਜ਼ ਵੀਰੇ ਸੱਚੀ ਨਾ ਤੁਹਾਡਾ ਕਰੈਕਟਰ ਇੱਕ ਜਿਵੇਂ ਪਿੰਡ ਵਾਲਾ ਸੱਚੀ ਹਕੀਕਤ ਦਾ ਕਰੈਕਟਰ ਹੁੰਦਾ ਆਮ ਤੌਰ ਤੇ ਮੁੰਡਿਆਂ ਦਾ ਹੁੰਦਾ ਪੜ੍ਹਾਈ ਲਿਖਾਈ ਠੀਕ ਹੁੰਦੇ ਨੇ ਤੁੱਕਾ ਤੱਕਾ ਚਲਾ ਕੇ ਅੱਗੇ ਵਧਣਾ ਚਾਹੁੰਦੇ ਨੇ ਹਾਂਜੀ ਸੋ ਅਸਲ ਜ਼ਿੰਦਗੀ ਦੇ ਕਿੰਨਾ ਕੁ ਨੇੜੇ ਕਰੈਕਟਰ ਉਹ ਅਸਲ ਜ਼ਿੰਦਗੀ ਦੇ ਜਿਵੇਂ ਬਸ ਇਹੀ ਇੱਕ ਕਾਮਨ ਚੀਜ਼ ਹੈ ਕਿ ਕਰਮ ਵੀ ਪਿੰਡ ਦਾ ਮੈਂ ਵੀ ਪਿੰਡ ਦਾ ਬਾਕੀ ਹੋਰ ਚੀਜ਼ ਤਾਂ ਕੁਛ ਕਾਮਨ ਨਹੀਂ ਹੈਗੀ ਜੀ ਉਹ 12ਵੀਂ ਫੇਲ ਹੈ ਮੈਂ 12ਵੀਂ ਪਾਸ ਹੈ ਆਪਾਂ ਗ੍ਰੈਜੂਏਟ ਹਾਂ ਬਸ ਇਹੀ ਚੀਜ਼ ਕਾਮਨ ਹੈ ਕਿ ਦੋਨੋਂ ਪਿੰਡ ਦੇ ਹੈ ਜੀ ਅੱਛਾ ਆਈਲੈਟਸ ਦੀ ਗੱਲ ਕਰੀਏ ਤਾਂ ਕਿੰਨਾ ਕੁ ਔਖਾ ਲੱਗਦਾ ਕੰਮ ਕਦੇ ਸੋਚਿਆ ਕਰਨ ਦਾ ਜਾਂ ਕੀਤੀ ਹੈ ਹਾਂਜੀ ਵੀਰੇ ਮੈਂ ਕੀਤੀ ਆ ਮੈਂ ਆਈਲੈਟਸ ਕੀਤੀ ਸੀਗੀ ਮੈਂ 2 ਸਾਲ ਪਹਿਲਾਂ ਕੀਤੀ ਸੀ ਆਈਲੈਟਸ ਔਖੇ ਸੌਖੇ ਆ ਗਏ ਸੀਗੇ ਕਿਹੜੀ ਚੀਜ਼ ਔਖੀ ਲੱਗੀ ਕਿਹੜਾ ਮੋਡਿਊਲ ਔਖਾ ਲੱਗਿਆ ਮੈਨੂੰ ਰਾਈਟਿੰਗ ਸਪੀਕਿੰਗ ਆ ਦੋ ਲਿਸਨਿੰਗ ਚ ਆ ਜਾਂਦੇ ਆ ਰੀਡਿੰਗ ਚ ਆ ਜਾਂਦੇ ਆ ਓਕੇ ਓਕੇ ਸਪੀਕਿੰਗ ਰਾਈਟਿੰਗ ਚ ਟੱਪ ਦੇ ਨਹੀਂ ਸੀ ਅੱਛਾ ਵੀ ਕਿਵੇਂ ਦਾ ਮਤਲਬ ਹੁਣ ਮਹਿਸੂਸ ਹੁੰਦਾ ਹਨਾ ਜਦੋਂ ਇੱਕ ਵੈਬ ਸੀਰੀਜ਼ ਦਾ ਹਿੱਸਾ ਬਣਦੇ ਹੋ ਉਹ ਵੀ ਸੁਪਰ ਡੂਪਰ ਹਿੱਟ ਹੁੰਦੀ ਆ ਕਿਵੇਂ ਦਾ ਲੱਗਦਾ ਕਿਵੇਂ ਦਾ ਲੋਕਾਂ ਦਾ ਰੁਝਾਨ ਲੱਗਦਾ ਲੋਕਾਂ ਦਾ ਦੇਖਣ ਦਾ ਗੱਲਬਾਤ ਕਰਨ ਦਾ ਸਭ ਤੋਂ ਪਹਿਲੇ ਤਾਂ ਬਹੁਤ ਵੱਡੀ ਗੱਲ ਜਿਹੜੀ ਮੈਨੂੰ ਚੀਜ਼ ਲੱਗੀ ਕਿ ਅੱਗੇ ਜਿਹੜਾ ਮੇਰਾ ਕੋਈ ਵੀ ਪ੍ਰੋਜੈਕਟ ਆਉਂਦਾ ਸੀਗਾ ਮੈਨੂੰ ਲਿੰਕ ਸੈਂਡ ਕਰਨਾ ਪੈਂਦਾ ਸੀ ਬਾਈ ਦੇਖ ਲਓ ਦੇਖ ਕੇ ਦੱਸਿਓ ਦੇਖ ਕੇ ਦੱਸਿਓ ਇਸ ਵਾਰੀ ਕਿਸੇ ਨੂੰ ਕੁਝ ਕਹਿਣਾ ਨਹੀਂ ਪੈ ਰਿਹਾ ਆਪਣੇ ਆਪ ਪਤਾ ਲੱਗ ਰਿਹਾ ਕਿ ਹਾਂ ਲੋਕ ਸੱਚੀ ਦੇਖ ਰਹੇ ਆ ਤੇ ਨਾ ਹੀ ਕੋਈ ਸ਼ਹਿਰ ਦਾ ਫਰਕ ਹੈ ਨਾ ਹੀ ਪਿੰਡ ਦਾ ਜਿੰਨੇ ਸ਼ਹਿਰਾਂ 'ਚ ਲੋਕ ਦੇਖ ਰਹੇ ਉਨਾ ਹੀ ਪਿੰਡਾਂ 'ਚ ਦੇਖ ਰਹੇ ਆ ਮੈਂ ਪਿਛਲੇ ਹਫ਼ਤੇ ਮੈਂ ਪਿੰਡ ਗਿਆ ਸੀ ਆਪਦੇ ਆਸੇ ਪਾਸੇ ਲੋਕ ਮੈਂ ਸਟੋਰੀ ਪਾਤੀ ਕਿ ਹਾਂ ਮੈਂ ਪਿੰਡ ਆਇਆ ਹੋਇਆ ਮਿਲਣ ਆ ਗਏ ਕਿਆ ਬਾਤ ਮੈਂ ਲੁਧਿਆਣੇ ਸੈਰ ਕਰੀ ਜਾਂਦਾ ਮੈਂ ਲੁਧਿਆਣੇ ਹਨਾ ਤੇ ਲੁਧਿਆਣੇ ਸੈਰ ਕਰੀ ਜਾਂਦਾ ਉੱਥੇ ਮੈਨੂੰ ਪਛਾਣ ਲਿਆ ਮੁੰਡਿਆਂ ਨੇ ਤਾਂ ਬਹੁਤ ਵਧੀਆ ਲੱਗ ਰਿਹਾ ਕਿ ਦੇਖ ਰਹੀ ਹੈ ਜਨਤਾ ਮਤਲਬ ਜਿੰਨੀ ਅਸੀਂ ਮਿਹਨਤ ਕੀਤੀ ਨਾ ਚਲੋ ਉਹਨਾਂ ਪਿਆਰ ਮਿਲ ਰਿਹਾ ਕਿਆ ਬਾਤ ਦਿਲ ਨੂੰ ਕਿਤੇ ਸਕੂਨ ਜਿਹਾ ਮਿਲਦਾ ਵੀਰੇ ਕਿਤੇ ਨਾ ਕਿਤੇ ਜੋ ਲੱਗੇ ਹੁੰਦੇ ਆ ਚੀਜ਼ਾਂ ਨਾ ਲੋਕ ਪਛਾਣਨ ਲੱਗੇ ਜਦੋਂ ਫੋਟੋਆਂ ਕਰਾਉਂਦੇ ਆ ਹਨਾ ਹਾਂਜੀ ਕਿਉਂਕਿ ਭਾਵੇਂ ਸ਼ਾਰਟ ਫਿਲਮ ਹੈ ਭਾਵੇਂ ਵੈਬ ਸੀਰੀਜ਼ ਹੈ ਜੇ ਸ਼ਾਰਟ ਫਿਲਮ ਹੈ ਤਾਂ ਉਹਦੇ ਪਿੱਛੇ 4-5 ਗੁਣਾ ਮਿਹਨਤ ਹੁੰਦੀ ਹੈ ਭਾਵੇਂ ਉਹ ਟਾਈਮ ਨਿਕਲ ਜਾਂਦੀ ਹੈ ਚੀਜ਼ ਜੇ ਵੈਬ ਸੀਰੀਜ਼ ਤੁਸੀਂ ਦੇਖ ਰਹੇ ਹੋ ਇੱਕ 1.5 ਘੰਟੇ ਦਾ ਇੱਕ ਤੁਸੀਂ ਦੇਖ ਰਹੇ ਹੋ ਐਪੀਸੋਡ ਤਾਂ ਉਹਦੇ ਪਿੱਛੇ ਘੱਟੋ ਘੱਟ 10-15 ਦਿਨਾਂ ਦੀ ਮਿਹਨਤ ਹੈ ਉਸ ਇਕੱਲੇ ਐਪੀਸੋਡ ਪਿੱਛੇ ਤਾਂ ਉਹ ਸਾਨੂੰ ਪਤਾ ਹੁੰਦਾ ਕਈ ਵਾਰ ਉਹ ਚੀਜ਼ ਨਹੀਂ ਲੋਕ ਦੇਖਦੇ ਦੁੱਖ ਹੁੰਦਾ ਕਿ ਯਾਰ ਸਾਡੀ ਮਿਹਨਤ ਦਾ ਫਲ ਨਹੀਂ ਮਿਲ ਰਿਹਾ ਹੁਣ ਮਿਲ ਰਿਹਾ ਕਿਆ ਬਾਤ ਹੈ ਸੋ ਵੀਰੇ ਬਹੁਤ ਚੰਗਾ ਤੁਹਾਡਾ ਕਰੈਕਟਰ ਲੱਗਦਾ ਸੱਚੀ ਸੋ ਇੰਦਰ ਵੀਰੇ ਤੁਹਾਡਾ ਰੀਅਲ ਨਾਮ ਵਿੰਦਰਾ ਹੈ ਨਾ ਹਾਂਜੀ ਸੋ ਕਿਵੇਂ ਦਾ ਆਪਣੇ ਕਰੈਕਟਰ ਬਾਰੇ ਥੋੜਾ ਦੱਸੋ ਮਤਲਬ ਕਿਵੇਂ ਦਾ ਬਹੁਤ ਇੱਕ ਕਹਿ ਸਕਦੇ ਇੱਕ ਤੁਹਾਡਾ ਮੈਂ ਤੁਹਾਨੂੰ ਵੇਖ ਵੀ ਰਿਹਾ ਤੁਸੀਂ ਚੁੱਪ ਜਿਹੇ ਹੋ ਨਾ ਉਹ ਚ ਵੀ ਐਦਾਂ ਲੱਗਦੇ ਹੋਗੇ ਜੀ ਬਿਲਕੁਲ ਇਹ ਸੱਚੀ ਵੀਰੇ ਤਾਂ ਬਾਈ ਘੱਟੀ ਬੋਲਦਾ ਸੱਚੀ ਇਹਦਾ ਨਹੀਂ ਕਰੈਕਟਰ ਇੰਦਰ ਇਹਦੇ ਵਰਗਾ ਹੀ ਅੱਛਾ ਤਾਂ ਹੀ ਰੀਵ ਇਹਨਾਂ ਨਾਂ ਦੀ ਰੱਖਿਆ ਵੀ ਬਾਈ ਠੀਕ ਆ ਕੋਈ ਚੇਂਜ ਨਹੀਂ ਕਰਦਾ ਰੱਖਿਆ ਸੀਗਾ ਕੁਦਰਤੀ ਬਸ ਰਹੀ ਮਿਲ ਗਿਆ ਜੀ ਉਹ ਮਿਲ ਗਿਆ ਇੰਦਰ ਸੋ ਵੀਰੇ ਕਿਵੇਂ ਜਦੋਂ ਐਡੀਸ਼ਨ ਦਿੱਤਾ ਹਨਾ ਸਿਲੈਕਸ਼ਨ ਹੁੰਦੀ ਹੈ ਸੋ ਕਿਵੇਂ ਦਾ ਮੂਵਮੈਂਟ ਸੀਗਾ ਬਹੁਤ ਵਧੀਆ ਲੱਗਿਆ ਜਦੋਂ ਮਤਲਬ ਮੈਨੂੰ ਮੈਂ ਆਡੀਸ਼ਨ ਦੇਣ ਲਈ ਮੈਂ ਨਾਟਕ ਦੀ ਰਿਹਰਸਲ ਕਰ ਰਹੀ ਸੀ ਆਪਾਂ ਉਦੋਂ ਕਾਲ ਆਇਆ ਸੁਖਚੈਨ ਬਾਈ ਦਾ ਕਿ ਤੁਸੀਂ ਸ਼ਾਮ ਤੱਕ ਪਹੁੰਚ ਜਾਓ ਉੱਥੇ 6 ਵਜੇ ਤੱਕ ਅਤੇ ਫਿਰ ਮੈਂ ਉੱਥੋਂ ਬੱਸ ਚੜ੍ਹ ਕੇ ਮੈਂ ਪਹੁੰਚਿਆ ਪਟਿਆਲੇ ਅਤੇ ਮੈਂ ਮੰਨਦਾ ਮੈਂ ਫਿਰ ਦੇਰ ਕਰਾਤੀ ਉਹਨਾਂ ਨੂੰ ਮੈਂ 7 ਵਜੇ ਉੱਥੇ ਮੈਂ ਡਰਿਆ ਹੋਇਆ ਸੀ ਮੈਂ ਪਤਾ ਨਹੀਂ ਬਾਈ ਹੁਣ ਗੁੱਸਾ ਨਾ ਹੋ ਜਾਣ ਪਰ ਬੰਦੇ ਬੜੇ ਵਧੀਆ ਸੀ ਲਾਡੀ ਬਾਈ ਅਤੇ ਸੁਖਚੈਨ ਬਾਈ ਉਹਨਾਂ ਨੇ ਪਿੱਕ ਕੀਤਾ ਉੱਥੋਂ ਅਤੇ ਫਿਰ ਬਾਈ ਨੂੰ ਮਿਲਾਇਆ ਫਸਟ ਟਾਈਮ ਮੈਂ ਬਾਈ ਨੂੰ ਮਿਲਿਆ ਅਤੇ ਬੜਾ ਵਧੀਆ ਨੇਚਰ ਲੱਗਿਆ ਇਹਨਾਂ ਨੇ ਆਡੀਸ਼ਨ ਦੀ ਕਿਹਾ ਕਰ ਅਤੇ ਮੈਂ ਦੇ ਤਾ ਆਡੀਸ਼ਨ ਮੈਨੂੰ ਵੈਸੇ ਇੰਨੀ ਛੇਤੀ ਲਾਈਨਾਂ ਕਦੇ ਯਾਦ ਨਹੀਂ ਹੋਈਆਂ ਉਸ ਦਿਨ ਪਤਾ ਨਹੀਂ ਕੀ ਸੀ ਕਿ ਮੈਨੂੰ ਲਾਈਨਾਂ ਇੰਨੀ ਛੇਤੀ ਯਾਦ ਹੋ ਰਹੀਆਂ ਸੀ ਕਿ ਮੈਂ ਵੀ ਹੈਰਾਨ ਸੀ ਅਤੇ ਉੱਪਰ ਜਾ ਕੇ ਆਡੀਸ਼ਨ ਵੀ ਠੀਕ ਹੋ ਗਿਆ ਅਤੇ ਬਸ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਸੀ ਕਿ ਬੜਾ ਖੁਸ਼ ਹੋਇਆ ਘਰੇ ਦੱਸਿਆ ਮੈਂ ਘਰਦੇ ਬੜੇ ਖੁਸ਼ ਹੋਏ ਤੇ ਬਸ ਤੇ ਹਾਂ ਇੰਦਰ ਦਾ ਕਰੈਕਟਰ ਕਹਿੰਦੇ ਨੇ ਮੇਰੇ ਵਰਗਾ ਬਟ ਹਾਂ ਮੈਂ ਚੁੱਪ ਰਹਿੰਦਾ ਹਾਂ ਉਹਦੇ ਵਾਂਗ ਪਰ ਉਹ ਇੰਨਾ ਮੈਂ ਉਸ ਮਤਲਬ ਇਮੋਸ਼ਨਸ ਜਿਹੜੇ ਉਹਦੇ ਨੇ ਮੈਡਮ ਦੇ ਪ੍ਰਤੀ ਜਾਂ ਫਿਰ ਉਹ ਜਿਵੇਂ ਉਹਦੀ ਲਾਈਫ 'ਚ ਇੰਨੇ ਕੌਨਫਲਿਕਟ ਨੇ ਉਦਾਂ ਅਸਲ ਜ਼ਿੰਦਗੀ 'ਚ ਕਹਿ ਦਿਓ ਸਿੱਧੀ ਜੀ ਗੱਲ ਆ ਮੈਡਮ ਭਾਈ ਛੇੜੀ ਨਹੀਂ ਅਸਲ ਨਹੀਂ ਮੈਡਮ ਹੁਣ ਛੇੜੀ ਹੈ ਉਹਦਾਂ ਕਹਿ ਰਿਹਾ ਕਿ ਮੈਂ ਰੁਕਦਾ ਨਹੀਂ ਕਿਸੇ
मैं रुकता नहीं चीज ना की हाँ जी रुकिया हो बेचारा सोच रहा घर के बारे भी कि यार मैं घर के पे भी करने बार भी जाना है मैं तो लंघ जाता सत्त बैंड आगे बार शरारती भी फुकरा भी होंगे रौनकी का करैक्टर भी होंगे बी सामने मौजूद ने सो वीरे मैं सची ना मैं बहुत फेसबुक से बहुत वेखे ने थैंक यू बी सो असल जिंदगी सची है शरारती उन्ने हाँ बी कहते ने सारे कि तू चुप कर जा यार चुप करना की लेंगा भाई उम्मीद हैगी है भाई माड़ा मोटा जहाँ सा तो हाँ मतलब कह सकते हैं कि हाँ थोड़ा जहा मेरे रियल लाइफ नाल एक करैक्टर मेल खाता है। अच्छा भी जो सिलेक्शन होंगी है मतलब इस बिहाव से हों भी फेसबुक से काफ़ी वायरल हो रही है वीडियो तो वो देख के तुम ये चाहते हो गए मेरा नाम असली है युवराज टुरना मैं पटियाली तो बोल पैदा पर असल लाइफ च मैं मतलब जिथे मैं लगता कि मैं बोलना चाहिए मैं उथे बोलना मतलब इना बोलता है फालतू पर जे जे जिम्मे सिमिलैरिटी है कि वाईपीएस तो पढ़े ਤੇ ਮੈਂ ਵਾਈਪੀਐਸ ਤੋਂ ਹੀ ਪੜਿਆ ਤੇ ਰੈਪ ਕਰਦਾ ਜੀ ਜੀ ਤੇ ਰੈਪ ਕਰਦੇ आजाद सारे लोग कंट्री ली पंजाब ली अपने शहर सारे प्राउड होंगे ने हम इना पुराना साडा स्कूल हैरीटेज एक सानू फील होंगी ओदी ना कि लेगेसी की वधिया लगता इत्थे पढ़े पर जिवें रही गल की फुकरे वाली या वो वाली तो मैं एवं लगता कि सारे कितने सारे टाइप के बंदे होंगे ने हूँ आप लोग कहते हैं पंजाबी फुकरे ने पंजाबी बींदे ने कुछ करते हैं मैनू बाई हुनी सारे अपने टीम सारे आए हैं मैंने कोई इन्हों फुकर नहीं लग्या तो कोई पींदा पूंदा भी नहीं है सारे मतलब वधिया ने तो ही मैं सारे कितने सारे टाइप के बंदे होंगे ने तो स्टीरियो टाइप नहीं है एको टाइप के बंदे रीला बना सची भी शौक है शौक बहुत है जी पर पूरा घट हों सची अच्छा हाँ जी हाँ बनाने जो टाइम मिलता है कोई कदम कद रोकता दोस्त यार सारी दिहाड़ी लगे रहना फोन रीलां बनाई जाने नहीं नहीं बई मैं उही गल आ जाती है मैं रीलां बनाने वाले नहीं मिलता कोई जी मेन गल ये जी पर अपने को टाइम बहुत होंगे बनाने वास्ते पर बहुत घट बना जी रियल लाइफ के कद कद की कहना जी कोई 15 दिन महीने एवं जे बनाने जी ज्यादा नहीं कोई मतलब
ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਵਾਰ ਵੀ ਬਲੱਡ ਘੱਟ ਰਿਹਾ ਵੱਧ ਰਿਹਾ ਜੀ ਐਵੇਂ ਜਿਹਦੀ ਫੀਲਿੰਗ ਹੁੰਦੀ ਹੈ ਜੀ ਥੋੜ੍ਹੀ ਜਿਹੀ। ਸੋ ਵੀਰੇ ਇਹਨਾਂ ਕਿਵੇਂ ਲੱਗਦਾ ਜਿੱਦਾਂ ਮੈਂ ਵੀ ਤੁਹਾਨੂੰ ਅਸਲ ਨਾਂ ਤੋਂ ਨਹੀਂ ਬੁਲਾਇਆ, ਮੈਂ ਤੁਹਾਡਾ ਜਦੋਂ ਤੁਹਾਡਾ ਨਾ ਵੈਬਸੀਰੀਜ਼ ਤੁਹਾਡਾ ਨਾਂ ਆਜ਼ਾਦੀ ਉਸ ਨਾਂ ਤੋਂ ਹੀ ਬੁਲਾਉਣਾ, ਮੈਨੂੰ ਲੱਗਦਾ ਤੁਹਾਡਾ ਇਹ ਨਾਂ ਨਾ ਜਦੋਂ ਇੱਕ ਚੀਜ਼ ਹਿੱਟ ਹੁੰਦੀ ਆ ਉਹ ਨਾਂ ਨਾਲ ਹੀ ਬੰਦੇ ਦੇ ਚੱਲਦਾ ਗਾ। ਹਾਂ ਬਿਲਕੁਲ, ਬਹੁਤ ਘੱਟ ਲੋਕਾਂ ਤੁਹਾਡਾ ਪਤਾ ਹੋਣਾ ਜਦੋਂ ਫਿਰ ਹੁਣ ਲੋਕ ਇਹੀ ਨਾਂ ਤੋਂ ਆਵਾਜ਼ ਮਾਰਦੇ ਆ, ਫਿਰ ਕਿਵੇਂ ਦਾ ਲੱਗਦਾ? ਬਈ ਬਹੁਤ ਵਧੀਆ ਫੀਲ ਹੁੰਦਾ ਜੀ। ਉਹਦਾ ਮਤਲਬ ਇਹ ਹੈ ਵੀ ਜੇ ਆਪਾਂ ਨੂੰ ਕੋਈ ਆਪਣੇ ਕਰੈਕਟਰ ਦੇ ਨਾਮ ਨਾਲ ਜਾਣ ਰਿਹਾ ਜੀ ਤਾਂ ਇਹਦਾ ਮਤਲਬ ਇਹ ਹੈ ਵੀ ਆਪਾਂ ਆਪਣੇ ਕਰੈਕਟਰ ਦੇ ਵਿੱਚ ਸਕਸੈਸਫੁਲ ਹੋ ਗਏ ਜੀ। ਸਕਸੈਸਫੁਲ ਹੋ ਗਏ, ਹਾਂਜੀ ਹਾਂ। ਮੈਨੂੰ ਇਸ ਗੱਲ ਦਾ ਮਤਲਬ ਬਹੁਤ ਵਧੀਆ ਤੇ ਪ੍ਰਾਊਡ ਫੀਲ ਹੁੰਦਾ ਜੀ, ਕਿਉਂਕਿ ਮੈਨੂੰ ਮਤਲਬ ਵੈਸੇ ਤਾਂ ਲੋਕ ਮੇਰੇ ਨਾਮ ਵਾਲੇ ਤਾਂ ਮੈਨੂੰ ਜਾਣਦੇ ਨੇ, ਜਿਹੜੇ ਮੈਨੂੰ ਜਾਣਦੇ ਨੇ, ਪਰ ਹੁਣ ਜਿਹੜੀ ਆਡੀਅੰਸ ਹੈ ਜੋ ਲੋਕ ਪਿਆਰ ਦੇ ਰਹੇ ਨੇ, ਜੋ ਜਿੰਨੇ ਵੀ ਮਿਲਦੇ ਨੇ, ਉਹ ਪਿਆਰ ਹੈ ਜਿਹੜਾ ਉਹ ਮੇਰੇ ਕਰੈਕਟਰ ਨੂੰ ਮਿਲ ਰਿਹਾ ਜੀ। ਜਦੋਂ ਮੈਂ ਇਹਨਾਂ ਨੂੰ ਪਰਸਨਲੀ ਮਿਲੂੰਗਾ ਫਿਰ ਮੇਰੇ ਨਾਮ ਨੂੰ ਪਿਆਰ ਮਿਲੂਗਾ, ਹੈ ਨਾ ਜੀ। ਤੇ ਹੁਣ ਉਹ ਮੇਰੇ ਕਰੈਕਟਰ ਨੂੰ, ਉਹਨਾਂ ਨੂੰ ਜੇ ਵਧੀਆ ਲੱਗ ਰਿਹਾ ਤਾਂ ਉਹ ਉਸੇ ਕਰੈਕਟਰ ਕਰਕੇ ਮੈਨੂੰ ਬੁਲਾਉਂਦੇ ਨੇ ਤੇ ਪਿਆਰ ਦਿੰਦੇ ਨੇ ਜੀ। ਬਹੁਤ ਵਧੀਆ ਲੱਗਦਾ ਜੀ। ਕੀ ਬਾਤ ਹੈ! ਸੋ ਹੈਰੀ ਵੀਰੇ ਮੁੱਛਾਂ ਦੇ ਬੜੇ ਚਰਚੇ ਨੇ, ਹੈ ਨਾ, ਘੈਂਟ ਗੱਭਰੂ ਮੁੱਛਾਂ ਦੇ ਕੁੰਡਲ। ਬਹੁਤ ਬਹੁਤ ਧੰਨਵਾਦ ਵੀਰੇ, ਤੇ ਪਿਆਰ ਆ ਤੁਹਾਡਾ ਸਾਰਿਆਂ ਦਾ ਨਾ ਜੀ। ਤੇ ਵਧੀਆ ਲੱਗਦਾ ਬਈ ਜਦੋਂ ਮਤਲਬ ਆਪਾਂ ਕਿਸੇ ਮੁਕਾਮ ਨੂੰ ਛੂ ਲੈਂਦੇ ਹਾਂ ਜਾਂ ਮਤਲਬ ਪੌੜੀ ਚੜ੍ਹ ਲੈਂਦੇ ਹਾਂ, ਪਹਿਲੀ ਲੋਕਾਂ ਦਾ ਇੰਨਾ ਪਿਆਰ ਮਿਲਦਾ, ਮੈਸੇਜਸ ਆਉਂਦੇ ਨੇ, ਹੈ ਨਾ। ਤੇ ਅੱਛਾ ਵੀਰੇ, ਜਿੱਦਾਂ ਮੈਂ ਨਾ, ਮੈਨੂੰ ਵੀ ਸੱਚੀ ਏਦਾਂ ਸੀ ਜਿੱਦਾਂ ਮੈਂ ਤੁਹਾਨੂੰ ਵੈਬ ਸੀਰੀਜ਼ ਦੇਖਦਾ ਸੀ, ਮੈਂ ਬਾਈ ਸੱਚੀ ਨਾਲ ਜੋ ਬਾਈ ਨੂੰ ਮਿਲੂੰਗਾ ਉੱਦਾਂ ਦੀ ਹੋਊਗਾ, ਤੇ ਮੈਨੂੰ ਲੱਗਦਾ ਨਹੀਂ ਸੁਭਾਵਿਕ ਤੌਰ ਤੇ ਤੁਸੀਂ ਉੱਦਾਂ ਦੇ ਹੈਗੇ ਹੋ ਨਾ। ਨਹੀਂ ਨਹੀਂ ਮੈਸੇਜ ਵਾਲੇ, ਉਹੀ ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟਾ ਵੀ ਇਹ ਮੇਰਾ ਮਤਲਬ ਮੇਰੇ ਬੂਟੇ ਦੇ ਬਿਲਕੁਲ ਓਪੋਜ਼ਿਟ ਹੈ ਹੈਰੀ ਦਾ ਕਰੈਕਟਰ। ਹਾਂ, ਇਹ ਜਾਂ ਕੁਛ ਨਹੀਂ ਹੈਗਾ, ਮਤਲਬ ਬਿਲਕੁਲ ਮੇਰੇ ਸੁਭਾਅ ਦੇ ਬਿਲਕੁਲ ਉਲਟ ਹੈ। ਅੱਛਾ, ਕਦੇ ਹੈਰੀ ਸੱਚੀ ਕਦੇ ਕੁੜੀ ਦੀਆਂ ਗੱਲਾਂ 'ਚ ਆਇਆ, ਕਦੇ ਇੱਦਾਂ ਦਾ ਹੋਇਆ? ਕਦੇ ਹੈਰੀ ਹੈ ਬੂਟਾ, ਬੂਟਾ ਲਾ ਲਓ ਹੈਰੀ। ਨਹੀਂ ਨਹੀਂ ਬਾਈ, ਮਤਲਬ ਚੱਲਦਾ ਰਹਿੰਦਾ ਮਾੜਾ ਮੋਟਾ, ਤਾਂ ਤੁਹਾਨੂੰ ਪਤਾ ਹੀ ਹੈ ਹੁਣ, ਹੈ ਨਾ, ਕੋਈ ਦੱਸਦਾ ਨਹੀਂ ਹੈਗਾ ਉਰੇ, ਸਾਰੇ ਮਤਲਬ ਹੁੰਦਾ ਸਾਰਿਆਂ ਦੀ, ਹੁੰਦਾ ਸਾਰਿਆਂ 'ਚ। ਤੇ ਸਹੀ ਗੱਲ ਹੈ, ਪਰ ਉੱਦਾਂ ਮਤਲਬ ਨਹੀਂ ਆਉਣਾ। ਕਿਆ ਬਾਤ,